ਦੋਸਤੋ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਕਿ ਡੋਪ ਟੈਸਟ ਹੋਇਆ ਕਰੂਗਾ ਸਰਕਾਰੀ ਮੁਲਾਜ਼ਮਾਂ ਦਾ ਜਿਸ ਤੋਂ ਬਾਅਦ ਜਦੋਂ ਅਲੱਗ-ਅਲੱਗ ਬਿਆਨ ਆਉਣੇ ਸ਼ੁਰੂ ਹੋਏ ਤਾਂ ਕੁਝ ਮੰਤਰੀ ਵੀ ਇਸ ਡੋਪ ਟੈਸਟ ਦੀ ਦੌੜ ਦੇ ਵਿੱਚ ਚੱਲ ਪਏ ਅਸਲ ਮੁੱਦੇ ਤੋਂ ਕਿਤੇ ਨਾ ਕਿਤੇ ਪਟਕਾਇਆ ਜਾ ਰਿਹਾ ਸਰਕਾਰੀ ਮੁਲਾਜ਼ਮ ਵੀ ਹੁਣ ਇਹੀ ਕਹਿ ਰਹੇ ਨੇ ਤੇ ਉਹ ਵੀ ਸਿੱਧੇ ਤੌਰ ਤੇ ਸਰਕਾਰ ਦੇ ਖਿਲਾਫ ਉਤਰ ਆਏ ਨੇ ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਡੋਪ ਟੈਸਟ ਸਾਡੇ ਲਈ ਨਹੀਂ ਹੈ ਅਸੀਂ ਇਸ ਦੀ ਮੁਖਾਲਫਤ ਕਰਦੇ ਹਾਂ ਅੱਜ ਸਰਕਾਰੀ ਮੁਲਾਜ਼ਮ ਸਾਡੇ ਨਾਲ ਮੌਜੂਦ ਨੇ ਇਹਨਾਂ ਤੋਂ ਪੁੱਛਦੇ ਹਾਂ ਕਿ ਕੀ ਇਹ ਡੋਪ ਟੈਸਟ ਨੂੰ ਕਿੱਦਾਂ ਦੇਖਦੇ ਨੇ ਤੇ ਇਹਨਾਂ ਦੀ ਅਸਲ ਮੰਗ ਕੀ ਹੈ ਕੀ ਨ ਸਰ ਮੇਰਾ ਨਾਮ ਸੁਖਚੰਨ ਸਿੰਘ ਖਹਿਰਾ ਪ੍ਰੈਜ਼ੀਡੈਂਟ ਪੰਜਾਬ ਸਿਵਲ ਸੈਕਟਰੀ ਸਟਾਫ ਐਸੋਸੀਏਸ਼ਨ ਪ੍ਰਧਾਨ ਸਾਹਿਬ ਕਿੱਦਾਂ ਦੇਖਦੇ ਹੋ ਤੁਸੀਂ ਡੋਪ ਟੈਸਟ ਨੂੰ ਜਿਹੜਾ ਇਹ ਕਰਵਾਇਆ ਜਾ ਰਿਹਾ ਮੰਤਰੀ ਵੀ ਲਗਾਤਾਰ ਡੋਪ ਟੈਸਟ ਕਰ ਰਹੇ ਨੇ ਹੁਣ ਸਰਕਾਰੀ ਮੁਲਾਜ਼ਮੇ ਦੀ ਮੁਖਾਲਫਤ ਕਰ ਰਹੇ ਨੇ ਕਿੱਦਾਂ ਦੇਖਦੇ ਹੋ ਇਸ ਚੀਜ਼ ਮੁੱਖ ਤੌਰ ਤੇ ਸਰ ਜਿਹੜੀ ਗੱਲ ਸਾਹਮਣੇ ਆਉਂਦੀ ਉਹ ਇਹੀ ਹੁੰਦੀ ਹੈ ਕਿ ਜਦੋਂ ਵੀ ਸਰਕਾਰ ਨੇ ਪਬਲਿਕ ਦਾ ਧਿਆਨ ਡਾਇਵਰਟ ਕਰਨਾ ਹੁੰਦਾ ਤਾਂ ਕੋਈ ਇਹੋ ਜਿਹਾ ਮੁੱਦਾ ਜਾਂ ਸ਼ੋਸ਼ਾ ਛੱਡਿਆ ਜਾਂਦਾ ਕਿ ਮੁੱਖ ਮੁੱਦੇ ਤੋਂ ਧਿਆਨ ਹਟ ਕੇ ਜਿਹੜਾ ਸਰਕਾਰ ਵੱਲੋਂ ਸ਼ੋਸ਼ਾ ਛੱਡਿਆ ਗਿਆ ਧਿਆਨ ਉੱਤੇ ਇਕਾਗਰ ਹੋ ਜ ਇਹ ਵੀ ਇੱਕ ਮੁੱਖ ਤੌਰ ਤੇ ਛੱਡਿਆ ਗਿਆ ਸ਼ੋਸ਼ਾ ਸੀਗਾ ਕਿ ਜਦੋਂ ਮੁਲਾਜ਼ਮਾਂ ਦੀ ਜਿਹੜੀ ਮੰਗਾਂ ਸੀਗੀ ਆ ਡੀਏ ਦੀ ਆ ਏਰੀਅਰ ਦੀ ਆ ਪੇ ਕਮਿਸ਼ਨ ਦੀ ਆ ਇਕਵਲ ਵਰਕ ਇਕਵਲ ਪੇ ਦੀਆਂ ਜਾਂ ਸੈਕਟਰਾਂ ਹੋਰ ਕਈ ਵੀ ਜਿਹੜੀਆਂ ਡਿਮਾਂਡਾਂ ਸੀ ਉਤੋਂ ਧਿਆਨ ਹਟਾਉਣ ਦੇ ਲਈ ਇਹ ਮੁੱਦਾ ਛੱਡ ਦਿੱਤਾ ਗਿਆ ਕਿ EMPLOYEES ਦਾ ਡਰਗ ਟੈਸਟ ਕਰ ਲਿਆ ਜਾਵੇ ਅਸੀਂ ਨਸ਼ਿਆਂ ਦਾ ਵਿਰੋਧ ਕਰਦੇ ਹਾਂ ਤੇ ਸਰਕਾਰ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਨੂੰ ਤਿਆਰ ਹਾਂ ਅਸੀਂ ਪੂਰੀ ਤਰ੍ਹਾਂ ਤਨੋਂ ਮਨੋਂ ਸਰਕਾਰ ਦੇ ਇਸ ਜੇ ਚੰਗੀ ਠੋਸ ਨੀਤੀ ਲਿਆਂਦੇ ਆ ਉਹਦੇ ਵਿੱਚ ਕੰਮ ਕਰਾਂਗੇ ਤੇ ਨਸ਼ਿਆ ਦੇ ਵਿਰੋਧ ਵਿੱਚ ਖੜਾਂਗੇ ਤੇ ਨਸ਼ਿਆਂ ਨੂੰ ਐਲੀਮੀਨੇਟ ਕਰਨ ਲਈ ਪੂਰਾ ਕੰਮ ਕਰਾਂਗੇ ਪਰ ਜਿੱਥੋਂ ਤੱਕ ਡੋਪ ਟੈਸਟ ਦਾ ਮਾਮਲਾ ਉਹਦਾ ਅਸੀਂ ਵਿਰੋਧ ਕਰਦੇ ਆ ਕਿਉਂਕਿ ਇਸ ਨਾਲ ਹਾਸਲ ਕੁਛ ਨਹੀਂ ਹੋਣਾ ਬੌਦਰੇਸ਼ਨ ਵੱਧ ਜਾਣੀ ਹਸਪਤਾਲਾਂ ਦੇ ਚੱਕਰਖਾਨੇ ਪੈਣੇ ਆ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਹਸਪਤਾਲਾਂ ਕਿਟਸ ਆ ਰਹੀਆਂ ਵੱਡੇ ਹਸਪਤਾਲ 'ਚ 15 ਕਿਟਾਂ ਆ ਰਹੀਆਂ ਤੇ ਜਿਹੜੇ ਛੋਟੇ ਹਸਪਤਾਲਾਂ ਉੱਤੇ ਬਹੁਤ ਘੱਟ ਕਿਟਾਂ ਆ ਰਹੀਆਂ ਜਿਹੜੇ ਸਾਡੇ ਸਾਥੀਆਂ ਨੇ ਜਿਨ੍ਹਾਂ ਕੋਲ ਵੇਪਨ ਹੈਗੇ ਆ ਉਹਦਾ ਜਿਹੜਾ ਲਾਇਸੈਂਸ ਰੀਨਿਊ ਕਰਾਣਾ ਉਹਨਾਂ ਨੂੰ 15-15 ਦਿਨ 20-20 ਦਿਨ 25-25 ਦਿਨ ਜਿਹੜੀ ਵੇਟ ਕਰਨੀ ਪੈ ਰਹੀ ਆ ਉਹ ਖੱਜਲ ਖੁਆਰ ਹੋ ਰਹੇ ਤੇ ਉਹ ਪੁੱਛਿਆ ਜਾਵੇ ਸਰਕਾਰ ਨੂੰ ਜਿਉ ਇੰਨੇ ਖੱਜਲ ਖੁਆਰ ਹੋ ਰਹੇ ਸਾਡਾ ਡਰੋਪ ਟੈਸਟ ਕਿਵੇਂ ਕਰਨਗੇ ਨੰਬਰ 2 ਜਿਹੜਾ ਇਹਦੇ ਉੱਤੇ ਖਰਚ ਆਣਾ ਡਰੋਪ ਟੈਸਟ ਅਸੀਂ ਚਾਹਨੇ ਆ ਕੋਈ ਠੋਸ ਨੀਤੀ ਲਿਆ ਕੇ ਨਸ਼ੇ ਨੂੰ ਦੂਰ ਕੀਤਾ ਜਾਵੇ ਤੇ ਆ ਜਿਹੜਾ ਖਰਚ ਸਾਡੇ ਤੇ ਕਰਨਾ ਚਾਹੁੰਦੀ ਆ ਸਰਕਾਰ ਜਿਉ ਆਪਣੇ ਪੱਲਿਓ ਕਰਨਾ ਚਾਹੁੰਦੀ ਤੇ ਉਹ ਨਸ਼ਾ ਦੂਰ ਕਰਨ ਲਈ ਉੱਤੇ ਵਰਤ ਲਿਆ ਜਾਵੇ ਕਰੋੜਾਂ ਦਾ ਖਰਚ ਤੇ ਦੂਜੀ ਗੱਲ ਅਸਈ ਇਹ ਚਾਣਦੇ ਆ ਵੀ ਜਦੋਂ EMPLOYEES ਖੁਦ ASSOCIATIONਾਂ ਖੁਦ ਚਾਹਰੀਆਂ ਵੀ ਸਰਕਾਰ ਸਾਨੂੰ ਬੁਲਾਵੇ ਮੀਟਿੰਗ ਕਰੇ ਅਸੀਂ ਉਹਨਾਂ ਨੂੰ ਸੁਝਾਅ ਦਵਾਂਗੇ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਤੇ ਕਿਉਂ ਨਹੀਂ ਸਾਡੀ ਸਹਾਇਤਾ ਲੈ ਰਹੀ ਕਿਉਂ ਇਹ ਜੇ ਸ਼ੋਸ਼ੇਪਨ ਕਰ ਰਹੀ ਹੈ ਸੋ ਸਾਡਾ ਮੰਨਣਾ ਹੈ ਕਿ ਨਸ਼ੇ ਨੂੰ ਇਲੀਮੀਨੇਟ ਕਰਨ ਲਈ ਅਸੀਂ ਉਹਨਾਂ ਸਰਕਾਰ ਦੇ ਨਾਲ ਖੜੇ ਹਾਂ ਹਰ ਤਰ੍ਹਾਂ ਨਾਲ ਤੇ ਦੂਜੀ ਗੱਲ ਇਹ ਆ ਕਿ ਜਿਵੇਂ ਆ ਸ਼ੋਸ਼ਣ ਛੱਡਿਆ ਗਿਆ 200 ਰੁਪਏ ਸਾਡੇ ਕੋਲ ਜਿਹੜਾ ਸੀਗਾ ਉਹ ਇੱਕ ਡਿਵੈਲਪਮੈਂਟ ਟੈਕਸ ਲਿਆ ਗਿਆ ਜਿਹਨੂੰ EMPLOYEES ਨੇ ਜਜੀਆ ਟੈਕਸ ਕਿਹਾ ਜਦੋਂ ਅਸੀਂ ਡਿਮਾਂਡ ਕੀਤੀ ਕਿ ਟੈਕਸ ਵਾਪਸ ਲਿਆ ਜਾਵੇ ਉਸ ਸਮੇ ਇਹ ਚੀਜ਼ ਜਿਹੜੀ ਆ ਬਿਲਡ ਅਪ ਕੀਤੀ ਗਈ ਕਿ ਡੌਪ ਟੈਸਟ ਕੀਤਾ ਜਾਏਗਾ ਸਾਡੀ ਡਿਮਾਂਡ ਇਹ ਆ ਕਿ ਜਦੋਂ ਸਾਨੂੰ ਡੀਏ ਨਹੀਂ ਦਿੱਤਾ ਏਰੀਅਨ ਨਹੀਂ ਦਿੱਤਾ ਪੇ ਕਮਿਸ਼ਨ ਨਹੀਂ ਦਿੱਤਾ ਹੋਰ ਸਾਡੀ ਡਿਮਾਂਡਾਂ ਡਿਮਾਂਡਾਂ ਜਿਹੜੀਆਂ ਹੈਗੀਆਂ ਫਾਈਨੈਂਸ਼ਲੀ ਉਹ ਪੂਰੀਆਂ ਨਹੀਂ ਕੀਤੀਆਂ ਜੋ ਕਿ ਇਸ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਗਵਰਨਮੈਂਟਾਂ ਤੋਂ 2 ਮਹੀਨੇ ਦੇ ਵਿੱਚ ਵਿੱਚ ਦੇ ਦਿੱਤਾ ਜਾਏਗਾ ਅਸੀਂ 1 ਸਾਲ ਲੰਮਾ ਇੰਤਜ਼ਾਰ ਕੀਤਾ ਪਰ ਅਜੇ ਵੀ ਨਹੀਂ ਉਹ ਦਿੱਤਾ ਗਿਆ ਤੇ ਦੇਣ ਦੀ ਥਾਂ ਤੇ ਸਾਡੀਆਂ ਜੇਬਾਂ ਚ 200 ਰੁਪਇਆ ਕੱਢਣਾ ਸ਼ੁਰੂ ਕਰ ਦਿੱਤਾ ਇਹ ਕਿੱਥੋਂ ਜਾਇਜ਼ ਆ ਅਗਰ ਕੁਝ ਉਹਨਾਂ ਨੇ ਲੈਣਾ ਸੀਗਾ ਉਸ ਤੋਂ ਪਹਿਲੇ ਸਾਨੂੰ ਕੁਝ ਦੇ ਤੇ ਦਿੱਤਾ ਜਾਂਦਾ ਜਿਹੜਾ ਸਾਡਾ ਹੱਕ ਸੀਗਾ ਸੋ ਅਸੀਂ ਇਹਦਾ ਮੁਖਾਲਫਤ ਕਰਦੇ ਆਂ ਤੇ ਅਸੀਂ ਚਾਹੁੰਦੇ ਆਂ ਕਿ ਜਿਹੜੀ ਸਾਡੀਆਂ ਹੱਕੀ ਮੰਗਾ ਸਰਕਾਰ ਉਹਨਾਂ ਨੂੰ ਮੰਨੇ ਤੇ ਜਿਹੜੀ ਵੀ ਨਸ਼ੇ ਦੀ ਜਿਹੜੀ ਆ ਉਹਨੂੰ ਦੂਰ ਕਰਨ ਲਈ ਸਾਡੀ ਜੇਓਜੀ ਸਹਾਇਤਾ ਅਸੀਂ ਦੇਣ ਨੂੰ ਤਿਆਰ ਆਂ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਮੁੱਖ ਮੰਤਰੀ ਕੈਪਟਨ ਮਨਰਿੰਦਰ ਸਿੰਘ ਦਾ ਬਿਆਨ ਆਇਆ ਕਿ ਅਸੀਂ ਇਹ ਜਿਹੜਾ ਡੋਪ ਟੈਸਟ ਆ ਫੌਜ ਦੇ ਵਿੱਚ ਵੀ ਕਰਵਾਇਆ ਜਾਂਦਾ ਹੁਣ ਮਲਾਜ਼ਮਾਂ ਦਾ ਵੀ ਕਰਵਾ ਲਵਾਂਗੇ ਤਾਂ ਕੋਈ ਵੱਡੀ ਗੱਲ ਨਹੀਂ ਤੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਕਾਰਵਾਈ ਨਹੀਂ ਹੋਊਗੀ ਮਲਾਜ਼ਮਾਂ ਤੇ ਵੀ ਉਹਨਾਂ ਨੂੰ ਕੱਢਿਆ ਨਹੀਂ ਜਾਊਗਾ ਬਸ ਉਹਨਾਂ ਨੂੰ ਗੁਪਤ ਰੱਖਿਆ ਜਾਊਗਾ ਤੇ ਉਹਨਾਂ ਦਾ ਅਸੀਂ ਇਲਾਜ ਕਰਾਵਾਂਗੇ ਇਦਾਂ ਦੀ ਚੀਜ਼ ਨੂੰ ਕਿੱਦਾਂ ਦੇਖਦੇ ਆਂ ਵੀ ਸਰਕਾਰੀ ਮਲਾਜ਼ਮਾਂ ਨੂੰ ਉਹ ਇਹ ਸਮਝਦੇ ਕਿਨੇ ਛੇੜੀ ਨੇ ਉਹ ਗੱਲ ਇਹਦੇ ਵਿੱਚ ਦੋ ਤਿੰਨ ਆ ਜਾਂਦੀਆਂ ਜੀ ਜਿੱਥੋਂ ਤੱਕ ਉਹਨਾਂ ਨੇ ਕਿਹਾ ਫੌਜ ਦੇ ਵਿੱਚ ਜਿਹੜਾ ਕੀਤਾ ਜਾਂਦਾ ਕਿਉਂਕਿ ਉਹਨਾਂ ਦੀ ਜਿਹੜੀ ਸਰਵਿਸ ਆ ਉਹ ਉਹੋ ਜੀ ਆ ਪੁਲਿਸ ਦੀ ਵੀ ਸਰਵਿਸ ਉਹੋ ਜੀ ਆ ਇੱਥੇ ਤੱਕ ਅਸੀਂ ਵੀ ਸਹਿਮਤ ਆ ਕਿ ਜੇ ਤੁਹਾਨੂੰ ਲੱਗਦਾ ਕੋਈ ਸ਼ਿਕਾਇਤ ਹੁੰਦੀ ਹੈ ਵੀ ਕੋਈ ਵੀ ਸਰਕਾਰੀ EMPLOYE ਨਸ਼ਾ ਕਰਦਾ ਜਾਂ ਉੱਤੇ ਕੋਈ ਸ਼ੱਕ ਸ਼ੁਬਾ ਪੈਦਾ ਹੁੰਦਾ ਤੇ ਉਹਦਾ ਡੋਪ ਟੈਸਟ ਕਰਾ ਕੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਕਦੋਂ ਰੋਕਦੇ ਆ ਕਰੋ ਲੇਕਿਨ ਸਾਰੇ ਮੁਲਾਜ਼ਮਾਂ ਦਾ ਡੋਪ ਟੈਸਟ ਕਰਕੇ ਇੱਕੋ ਹੀ ਘੇਰੇ ਵਿੱਚ ਲੈਣਾ ਕਿ ਸਾਰੇ ਨਸ਼ੇੜੀ ਜਿਵੇਂ ਤੁਸੀਂ ਕਿਹਾ ਇਹ ਬਿਲਕੁਲ ਗਲਤ ਆ ਅਸੀਂ ਨਸ਼ੇੜੀ ਨਹੀਂ ਗੇ ਨੰਬਰ 2 ਤੁਸੀਂ ਪੁੱਛਿਆ ਸੀਗਾ ਅ ਕੈਪਟਨ ਨੰਬਰ हां कैप्टन अमरिंदर सिंह जी ने ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਬਿਆਨ ਦਿੱਤਾ ਕਿ ਉਹ ਬੰਦੇ ਦਾ ਨਾਂ ਗੁਪਤ ਰੱਖਿਆ ਹੈ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਡਰਗ ਟੈਸਟ ਹੀ ਕਿਉਂ ਕਰਾਣਾ ਇਹਦਾ ਫਾਇਦਾ ਕੀ ਹੈ ਡਰਗ ਟੈਸਟ ਕਰਾਣ ਜੇ ਉਹਦੇ ਵਿਰੁੱਧ ਕਾਰਵਾਈ ਨਹੀਂ ਹੋਣੀ ਕੋਈ ਨਾਂ ਵੀ ਨਹੀਂ ਦੱਸਣਾ ਕੁਝ ਐਕਸ਼ਨ ਹੀ ਨਹੀਂ ਹੋਣਾ ਤੇ ਇਹਦਾ ਕੋਈ ਫਾਇਦਾ ਨਹੀਂ ਫਜ਼ੂਲ ਖਰਚੀ ਹੈ 1500 2000 ਰੁਪਿਆ ਪਰ ਹੈਡ ਖਰਚ ਕੇ ਉਹਦਾ ਰਿਜ਼ਲਟ ਨਿਲ ਨਿਕਲਣਾ ਤੇ ਉਹੀ 1500 2000 ਜਿਹੜਾ ਬੱਚਾ ਆਲਰੇਡੀ ਜਿਹੜਾ ਡਰਗ ਲੈ ਰਿਹਾ ਉਹਦੇ ਇਲਾਜ ਤੇ ਲਾਵੇ ਤੇ ਜਾਂ ਜਿਹੜੀ ਸਮਾਜ ਸੇਵਾ ਸੰਸਥਾ ਹੈਗੀਆਂ ਉਹ ਕੰਮ ਕਰਨਾ ਚਾਹੁੰਦੀਆਂ ਉਹਨਾਂ ਨੂੰ ਬਜਟ ਦਿੱਤਾ ਜਾਵੇ ਇਸ ਕੰਮ ਲਈ ਤੇ ਉਹ ਬਜਟ ਇਹਦੇ ਵਿੱਚੋਂ ਨਿਕਲਦਾ ਸਰਕਾਰ ਨੂੰ ਕੋਈ ਐਕਸਟਰਾ ਖਰਚ ਕਰਨ ਦੀ ਲੋੜ ਨਹੀਂ ਜੇ ਉਹ ਤਿਆਰ ਬੈਟਰੀਆਂ ਮੁਲਾਜ਼ਮਾਂ ਦਾ ਡੋਪ ਟੈਸਟ ਕਰਨ ਲਈ ਕੀ ਨਾਮ ਚ ਤੁਹਾਡਾ ਮੇਰਾ ਨਾਮ ਮਿਥੁਨ ਚਾਵਲਾ ਕਿਦਾਂ ਦੇਖਦੇ ਹੋ ਜਿਹੜਾ ਸਰਕਾਰ ਨੇ ਹੁਣ ਇਹ ਡੋਪ ਟੈਸਟ ਕਰਵਾਉਣ ਦਾ ਸਰਕਾਰੀ ਮੁਲਾਜ਼ਮਾਂ ਦਾ ਫੈਸਲਾ ਲਿਆ ਤੇ ਤੁਸੀਂ ਉਹਨਾਂ ਦੀ ਮੁਖਾਲਫਤ ਕਰ ਰਹੇ ਹੋ ਕੀ ਮੁਖਾਲਫਤ ਦਾ ਆਧਾਰ ਕੀ ਮੰਦੇ ਹੋ ਕਿਉਂ ਇਹ ਕਰਨਾ ਪੈ ਰਿਹਾ ਦੇਖੋ ਡੋਪ ਟੈਸਟ ਦੀ ਅਸੀਂ ਮੁਖਾਲਫਤ ਨਹੀਂ ਕਰਦੇ ਨਸ਼ੇ ਬਹੁਤ ਪੰਜਾਬ ਦੇ ਵਿੱਚ ਫੈਲ ਚੁੱਕੇ ਨੇ ਦੂਰ ਹੋਣੀ ਚਾਹੀਦੀ ਹੈ ਜਿਹੜੀ ਪ੍ਰੋਬਲਮ ਹੈਗੀ ਹੈ ਪਰ ਜਿਹੜੀ ਸਾਡੀ ਮੁੱਖ ਮੰਗ ਹੈ ਕਿ ਜਿਹੜੇ ਸਾਡੀਆਂ ਆਲਰੇਡੀ ਮੰਗਾ ਤੁਹਾਡੇ ਕੋਲ ਪੈਂਡਿੰਗ ਨੇ ਸਾਡਾ ਡੀਏ ਜਿਹੜਾ 2.5 ਸਾਲ ਤੋਂ ਉੱਪਰ ਹੋ ਗਿਆ ਸਾਡਾ ਡੀਏ ਤੁਹਾਡਾ ਏਰੀਅਰ ਪੈਂਡਿੰਗ ਹੈਗਾ ਡੀਏ ਦੀ ਕਈ ਕਿਸ਼ਤਾਂ ਪੈਂਡਿੰਗ ਨੇ ਪੇ ਕਮਿਸ਼ਨ ਦਾ ਮਸਲਾ ਜਿਹੜਾ ਹਜੇ ਤੱਕ ਸੋਲਵ ਨਹੀਂ ਹੋਇਆ ਹੈਗਾ ਇਸ ਤੋਂ ਇਲਾਵਾ ਜਿਹੜੇ ਕੱਚੇ ਮੁਲਾਜ਼ਮ ਨੂੰ ਉਹਨਾਂ ਪੱਕੇ ਕਰਨ ਦਾ ਵਾਅਦਾ ਕੀਤਾ ਸੀਗਾ ਉਹ ਹਜੇ ਤੱਕ ਪੈਂਡਿੰਗ ਨੇ 올ਡ ਪੈਨਸ਼ਨ ਸਕੀਮ ਜਿਹੜੀ ਹੈ ਸਾਡੇ ਹਜੇ ਤੱਕ ਲਾਗੂ ਨਹੀਂ ਕੀਤੀ ਗਈ ਹੈ ਤੇ ਇਹ ਐਨੇ ਮੁੱਦੇ ਜਿਹੜੇ ਸਾਡੇ ਆਲਰੇਡੀ ਤੁਹਾ ਉਨਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਲਟਾ ਉਸ ਤੋਂ ਇਲਾਵਾ ਹਟ ਕੇ ਸਾਡੇ ਕੋਲੋਂ 200 ਰੁਪਏ ਜਿਹੜਾ ਡਵੈਲਪਮੈਂਟ ਟੈਕਸ ਦੇ ਨਾਂ ਤੇ ਮੁਲਾਜ਼ਮਾਂ ਦੀ ਜੇਬ ਜੇਬ ਚੋਂ ਕਢਾਇਆ ਜਾ ਰਿਹਾ ਹੈ ਤਾਂ ਸਾਨੂੰ ਇਹ ਲੱਗਦਾ ਹੈ ਕਿ ਇਹ ਸਾਰੇ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ਇਹ ਜਿਹੜਾ ਮਸਲਾ ਹੈ ਡੋਪ ਟੈਸਟ ਦਾ ਚੱਕਿਆ ਗਿਆ ਹੈ ਇਸ ਕਰਕੇ ਇਸ ਦੀ ਅਸੀਂ ਮੁਖਾਲਫਤ ਕਰਦੇ ਹਾਂ ਸਰਕਾਰ ਇਹ ਕਹਿੰਦੀ ਹੈ ਵੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਤੁਹਾਨੂੰ ਲੱਗਦਾ ਹੈ ਕਿ ਸਰਕਾਰੀ ਮੁਲਾਜ਼ਮਾਂ ਤੇ ਹਰੇਕ ਨੀਤੀ ਥੋਪ ਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ ਦੇਖੋ ਸਰਕਾਰ ਨੂੰ ਹਰ ਵੇਲੇ ਮੁਲਾਜ਼ਮ ਹੀ ਕਿਉਂ ਨਜ਼ਰ ਆਉਂਦੇ ਹੈਗੇ ਠੀਕ ਹੈ ਜੀ ਜੇ ਖਜ਼ਾਨਾ ਭਰਨਾ ਤਾਂ ਮੁਲਾਜ਼ਮ ਤੇ ਟੈਕਸ ਲਗਾ ਦਿਓ ਮੁਲਾਜ਼ਮ ਦਾ ਡੀਏ ਨਹੀਂ ਦੇਣਾ ਹੈਗਾ ਮੁਲਾਜ਼ਮ ਤਨਖਾਹ ਵਧ ਰੇ ਰਹੇ ਨੇ ਐਸੇ ਬਿਆਨ ਵੀ ਦਿੱਤੇ ਜਾਂਦੇ ਨੇ ਅਸੀਂ ਕਹਿੰਦੇ ਠੀਕ ਹੈ ਨਸ਼ਾ ਮੁਕਤ ਜਿਹੜਾ ਹੈ ਪੰਜਾਬ ਹੋਣਾ ਚਾਹੀਦਾ ਹੈਗਾ ਜੇ ਉਹਦੇ ਵਿੱਚ ਤੁਹਾਨੂੰ ਮੁਲਾਜ਼ਮਾਂ ਦੇ ਸਹਿਯੋਗ ਦੀ ਕਿਤੇ ਲੋੜ ਪੈਂਦੀ ਹੈ ਮੁਲਾਜ਼ਮ ਨਾਲ ਖੜੇ ਹੈ ਮੁਲਾਜ਼ਮਾਂ ਦੀ ਕਿਤੇ ਕੋਈ ਨਸ਼ਾ ਦੇ ਵਿਰੁੱਧ ਕਿਤੇ ਡਿਊਟੀ ਲਗਾਨੀ ਹੈ ਮੁਲਾਜ਼ਮ ਨਾਲ ਖੜੇ ਨੇ ਪਰ ਤੁਸੀਂ ਸਿਰਫ ਇਹ ਕਿ ਮੁਲਾਜ਼ਮਾਂ ਦਾ ਡਰੋਗ ਟੈਸਟ ਕਰਾ ਕੇ ਤੇ ਕੀ ਸਾਬਿਤ ਕਰਨਾ ਚਾਹੁੰਦੇ ਹੋ ਜਿਹੜੇ ਲੋਕ ਆਲਰੇਡੀ ਸਪਲਾਈ ਕਰ ਰਹੇ ਹੈਗੇ ਕੀ ਉਹ ਫੜੇ ਜਾਣਗੇ ਜਾਂ ਜਿਹੜੇ ਆਲਰੇਡੀ ਨਸ਼ਾ ਦੇ ਵਿੱਚ ਗਰਤ ਹੋ ਚੁੱਕੇ ਨੇ ਕੀ ਉਹ ਇਹਦੇ ਨਾਲ ਠੀਕ ਹੋ ਜਾਣਗੇ ਤੇ ਸਿਰਫ ਮੁਲਾਜ਼ਮਾਂ ਨੂੰ ਹੀ ਵਾਰ-ਵਾਰ ਕਿਉਂ ਟਾਰਗੇਟ ਕੀਤਾ ਜਾਂਦਾ ਇਸ ਕਰਕੇ ਅਸੀਂ ਇਹਦੀ ਮੁਖਾਲਫਤ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਨੇ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਆਖੀ ਸੀ ਉਸ ਬਿਆਨ ਨੂੰ ਕਿਦਾਂ ਦੇਖਦੇ ਹਾਂ ਹੁਣ ਤਾਂ 1.5 ਸਾਲ ਦਾ ਸਮਾਂ ਹੋ ਚੁੱਕਾ ਉਹ ਤਾਂ ਕਹਿੰਦੇ ਸੀ ਕਿ ਮੈਨੂੰ ਸਾਰੇ ਨਸ਼ੇੜੀਆਂ ਦਾ ਪਤਾ ਤੇ ਹੁਣ ਉਹ ਨਸ਼ੇੜੀ ਜਿਹੜੇ ਆ ਉਹ ਸਰਕਾਰੀ ਮੁਲਾਜ਼ਮਾਂ ਦੇ ਵਿੱਚੋਂ ਸਰ ਇਹ ਜਿਹੜੀ ਸਾਰੀ ਗੱਲਾਂ ਅਸੀਂ ਇਸੇ ਕਰਕੇ ਇਸ ਦੀ ਮੁਖਾਲਫਤ ਕਰਦੇ ਆ ਕਿ ਤੁਸਾਨੂੰ ਹਰ ਵਾਰ ਮੁਲਾਜ਼ਮ ਨੂੰ ਹੀ ਟਾਰਗੇਟ ਦੇ ਮੁਲਾਜ਼ਮ ਹੀ ਨਸ਼ੇੜੀ ਨਜ਼ਰ ਆਉਂਦੇ ਆ ਮੁਲਾਜ਼ਮਾਂ ਕੋਲ ਹੀ ਪੈਸਾ ਵੱਧ ਨਜ਼ਰ ਆਉਂਦਾ ਹੈ ਮੁਲਾਜ਼ਮਾਂ ਦੇ ਜੇਬ ਚੋਂ ਹੀ ਤੁਸੀਂ ਕਢਾਣਾ ਚਾਹੁੰਦੇ ਹੋਗੇ ਤੇ ਕਿਉਂ ਤੁਹਾਡੇ ਕੋਲ ਸਾਰਾ ਜਿਹੜਾ ਹੈ ਮੈਕੈਨਿਜ਼ਮ ਹੈਗਾ ਤੁਸੀਂ ਆਪਣਾ ਮੈਕੈਨਿਜ਼ਮ ਨੂੰ ਯੂਜ਼ ਕਰੋ ਜੇ ਸਰਕਾਰ ਚਾਹੇ ਤਾਂ ਨਸ਼ਾ ਕਿਉਂ ਨਹੀਂ ਖਤਮ ਹੋ ਸਕਦਾ ਸਕਤਾਈ ਭਰਤੀ ਜਾਵੇ ਜਿਹੜੇ ਨਸ਼ਾ ਤੁਹਾਨੂੰ ਤਸਕਰ ਜੇ ਤੁਹਾਨੂੰ ਪਤਾ ਹੈਗਾ ਨਸ਼ਾ ਤਸਕਰਾਂ ਵਾਲੇ ਪਤਾ ਹੈਗਾ ਤਾਂ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਟਾਰਗੇਟ ਕਰਦੇ ਹੈਗੇ ਮੁਲਾਜ਼ਮਾਂ ਨੂੰ ਹੀ ਕਿਉਂ ਵਾਰ-ਵਾਰ ਟਾਰ ਸਰਕਾਰੀ ਹੁਕਮਾਂ ਦਾ ਸਰਕਾਰੀ ਮੁਲਾਜ਼ਮ ਮੁਖਾਲਫਤ ਕਰਦੇ ਨਜ਼ਰ ਆ ਰਹੇ ਨੇ ਸਰਕਾਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਰਕਾਰ ਬੋਝ ਪਾ ਰਹੀ ਹੈ ਸਰਕਾਰੀ ਮੁਲਾਜ਼ਮਾਂ ਤੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਬਲਰਾਜ ਸਿੰਘ ਮੈਂ ਕਲਾਸ ਪੂਰ ਐਸੋਸੀਏਸ਼ਨ ਦਾ ਪ੍ਰਧਾਨ ਪ੍ਰਧਾਨ ਸਾਹਿਬ ਕਿੱਦਾਂ ਦੇਖਦੇ ਹੋ ਸਰਕਾਰ ਕਹਿੰਦੀ ਵੀ ਡੋਪ ਟੈਸਟ ਸਰਕਾਰੀ ਮੁਲਾਜ਼ਮਾਂ ਦਾ ਕਰਵਾਇਆ ਜਾਊਗਾ ਤੇ ਹੁਣ ਸਰਕਾਰੀ ਮੁਲਾਜ਼ਮ ਉਸ ਦਾ ਵਿਰੋਧ ਕਰ ਰਹੇ ਨੇ ਕੀ ਕਾਰਨ ਕੀ ਹੈ ਕਾਰਨ ਇਹ ਹੀ ਆ ਜਿਹੜਾ ਸਾਡੀਆਂ ਮੰਗਾਂ ਏ ਜਾਇਜ਼ ਮੰਗਾਂ ਸਾਡੀਆਂ ਡੀਏ ਦੀ ਮੰਗ ਹੋ ਗਈ ਸਾਡੀ ਜਿਹੜੇ ਏਰੀਆਲ ਸਾਡੇ ਬਕਾਇਆ ਗਵਰਨਮੈਂਟ ਡਵੈਲਪਰ ਪਏ ਆ ਹੋਰ ਸਾਡੀਆਂ ਜਾਇਜ਼ ਮੰਗਾਂ ਸਾਡੀ ਭਰਤੀ ਹੋ ਗਈ ਉਹਨਾਂ ਦਾ ਧਿਆਨ ਕਵਰ ਕਰਨ ਵਾਸਤੇ ਵੀ ਮੁਲਾਜ਼ਮ ਇਕੱਠੇ ਹੋ ਰਹੇ ਆ ਇਹਨਾਂ ਦਾ ਧਿਆਨ ਚੇਂਜ ਕਰਿਆ ਜਾਵੇ ਉਸ ਦੇ ਪ੍ਰਤੀ ਗਵਰਨਮੈਂਟ ਜਿਹੜਾ ਡਾਊਟ ਟੈਸਟ ਲਈ ਆ ਇਹਦੇ ਨਾਲ ਮੁਲਾਜ਼ਮਾਂ ਨੂੰ ਉਧਰ ਲਾਇਆ ਜਾ ਰਿਹਾ ਵੀ ਇਹਨਾਂ ਦਾ ਧਿਆਨ ਉਧਰ ਲਾ ਦੇਵੋ ਤੇ ਆਪਣੀ ਹੱਕੀ ਮੰਗਾਂ ਦੇ ਵਿਰੋਧ ਵਿੱਚ ਨਾ ਖੜੇ ਹੋਣ ਇਹ ਵੀ ਦੇਖਣ ਚ ਆਇਆ ਕਿ ਕੰਮ ਬਹੁਤ ਜ਼ਿਆਦਾ ਹੁਣ ਮੁਲਾਜ਼ਮਾਂ ਤੇ ਪਿਆ ਹੋਇਆ ਨਵੀਆਂ ਭਰਤੀਆਂ ਨਹੀਂ ਹੋ ਰਹੀਆਂ ਜਿਹੜੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਜਾਨੀ ਕਿ ਸਿੱਧੇ ਤੌਰ ਤੇ ਦੇਖਿਆ ਜਾਵੇ ਤਾਂ ਧਿਆਨ ਭਟਕਾਉਣ ਦੀਆਂ ਗੱਲਾਂ ਹੋ ਰਹੀਆਂ ਹਨ ਹਾਂਜੀ ਇਹ ਧਿਆਨ ਭਟਕਾਉਣ ਦੀਆਂ ਗੱਲਾਂ ਆ 86 ਤੋਂ ਕਲਾਸ 4 ਦੀ ਰੈਗੂਲਰ ਭਰਤੀ ਨਹੀਂ ਹੋਈ ਸਾਡੀ ਕਲਾਸ 4 ਦੀ ਭਰਤੀ ਜਿਹੜੀ ਠੇਕੇ ਦੇ ਆਧਾਰ ਤੇ ਕੀਤੀ ਜਾਂਦੀ ਹੈ 8-9000 ਰੁਪਿਆ ਉਹਨਾਂ ਨੂੰ ਮਿਲਦਾ ਉਹ ਬੱਚਿਆਂ ਦੀ ਸ਼ਾਦੀ ਹੋ ਜਾਂਦੀ ਹੈ ਘਰ ਦਾ ਪਰਿਵਾਰ ਚਲਾਉਣਾ ਬੜਾ ਔਖਾ ਹੋ ਜਾਂਦਾ ਅਸੀਂ ਗਵਰਨਮੈਂਟ ਨੂੰ ਕਈ ਵਾਰੀ ਲਿਖ ਚੁੱਕੇ ਆ ਇਹ ਪੂਰੇ ਪੰਜਾਬ ਚ ਜਿਹੜਾ ਠੇਕਾ ਪ੍ਰਣਾਲੀ ਹੈ ਅਸੀਂ ਇਹਦਾ ਬਹੁਤ ਵਿਰੋਧ ਕਰਦੇ ਆ ਰਹੇ ਹਾਂ ਸ਼ੁਰੂ ਤੋਂ ਕਰਦੇ ਆ ਰਹੇ ਆ ਅਸੀਂ ਇਹ ਮੋੜ-ਮੋੜ ਸਰਕਾਰ ਨੂੰ ਬੇਨਤੀ ਕਰਦੇ ਆਏ ਆ ਵੀ ਜੇ ਉਹ ਸਾਡੀ ਜਿਹੜੀ ਭਰਤੀ ਹੈ ਕਲਾਸ 4 ਦੀ ਰੈਗੂਲਰ ਭਰਤੀ ਕੀਤੀ ਜਾਵੇ ਇੱਕ 200 ਰੁਪਿਆ ਸਾਡੇ ਤੇ ਲਾਇਆ ਗਿਆ ਉਹਦੇ ਵਿੱਚ ਆਈਐਸ ਅਫਸਰ ਸੁਪਰਡੈਂਟ ਡਿਊਟੀ ਸੈਕਟਰੀ ਉਹਨਾਂ ਦਾ ਵੀ 20 ਇਹ ਜੋ ਸਾਡੇ ਤੇ ਜਜ਼ੀਆ ਲਾਇਆ ਗਿਆ ਸੀ ਤਾਂ ਜਜ਼ੀਆ ਹੀ ਕਹਾਂਗੇ ਇਸ ਨੂੰ ਵੀ ਉਹ ਲਾਇਆ ਗਿਆ ਇਹ ਬੜੀ ਮਾੜੀ ਗੱਲ ਹੈ ਦੁਖਦਾਈ ਗੱਲ ਹੈ ਤੇ ਇਹ ਸਾਡੇ ਤੇ ਬੋਝ ਪਾਇਆ ਜਾ ਰਿਹਾ ਇਹ ਡੋਪਟੈਸ ਦਾ ਜੋ 1500 ਰੁਪਏ ਅਸੀਂ ਸੁਣਨ ਚਾ ਰਹੇ ਆ ਵੀ 1510 ਰੁਪਏ ਇਹਦੀ ਫੀਸ ਹੈ ਉਹ ਫੀਸ ਸਾਡੇ ਤੋਂ ਵਸੂਲੀ ਜਾਊਗੀ ਦੱਸੋ ਸਾਡੇ ਚੋਂ ਕੀ ਨਿਕਲਣਾ ਇਹ ਮੁਲਾਜ਼ਮਾਂ ਚੋਂ ਕੀ ਨਿਕਲਣਾ ਮੁਲਾਜ਼ਮਾਂ ਗਵਰਨਮੈਂਟ ਦੀ ਰੀੜ ਦੀ ਹੱਡੀ ਹੈ ਇਹ ਹਰ ਦਮ ਅਸੀਂ ਕਹਿੰਦੇ ਆਂ ਵੀ ਪੰਜਾਬ ਸਰਕਾਰ ਜੇ ਚੰਗੇ ਕੰਮ ਵਾਸਤੇ ਤੁਰੀ ਅਸੀਂ ਨਾਲ ਖੜਾਗੇ ਜਦ ਮਰਜ਼ੀ ਸਾਡੀ ਡਿਊਟੀ ਲਾਣ ਕੀਤੀ ਵੀ ਖੜਾਉਣ ਸਾਨੂੰ ਅਸੀਂ ਇਹਨਾਂ ਕਿ ਦਰ ਦਿਨ ਰਾਤ ਲਾ ਕੇ ਕੰਮ ਕਰਾਂਗੇ ਇਹ ਕਹਿਣਾ ਚਾਹੁੰਦੇ ਆ ਜੇ ਦੇਖਿਆ ਜਾਵੇ ਹਰੇਕ ਵਾਰ ਇਹੀ ਚੀਜ਼ਾਂ ਸਾਹਮਣੇ ਹੁੰਦੀਆਂ ਕਿ ਹਰੇਕ ਜੋ ਵੀ ਨਵੀਂ ਸਕੀਮ ਹੁੰਦੀ ਆ ਜਾਂ ਜੋ ਵੀ ਨਵਾਂ ਹੁਕਮ ਜਾਰੀ ਕਰਨਾ ਉਹਦਾ ਸਰਕਾਰੀ ਮੁਲਾਜ਼ਮਾਂ ਦਾ ਐਕਸਪੈਰੀਮੈਂਟ ਵਰਤੇ ਜਾਂਦਾ ਕਿੱਦਾਂ ਦੇਖਦੇ ਸਰਕਾਰ ਦੇ ਇਸ ਰਵੱਈਏ ਨੂੰ ਸਰਕਾਰ ਦੇ ਇਸ ਰੁਪਈਏ ਨੂੰ ਅਸੀਂ ਸ਼ੁਰੂ ਤੋਂ ਹੀ ਦੇਖਦੇ ਆਏ ਹਾਂ ਅਸੀਂ ਜਦੋਂ ਸਰਕਾਰ ਚੇਂਜ ਹੁੰਦੀ ਹੈ ਜਾਂ ਸਰਕਾਰ ਸੱਤਾ 'ਚ ਆਉਣਾ ਹੁੰਦੇ ਸਾਡੇ ਨਾਲ ਬੜੇ ਉਹ ਲੁਭਾਵੇਂ ਜਿਹੜੇ ਕਹਿੰਦੇ ਨੇ ਨਾ ਸਾਡੇ ਨਾਲ ਰੱਖਿਆ ਜਾਂਦੇ ਮੰਗਾ ਵੀ ਥੋੜੀਆਂ ਮੰਗਾ ਮੰਨਾਂਗੇ ਥੋੜਾ ਇਹ ਕਰਾਂਗੇ ਉਹ ਸੋਚਾਂਗੇ ਪਰ ਸਰਕਾਰ ਜਦ ਸੱਤਾ 'ਚ ਆ ਜਾਂਦੀ ਹੈ ਉਹ ਸਾਨੂੰ ਉਹਨੂੰ ਦੂਰ ਰੱਖ ਦਿੰਦੀ ਹੈ ਸਾਡੀ ਉਹ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਹੁੰਦਾ ਅਸੀਂ ਰੋ ਮੈਟਰ ਦੰਦੇ ਆ ਅਸੀਂ ਬੋਲਦੇ ਆ ਜਾਂਦੇ ਆ ਕਿਤੇ ਵੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਕੋਈ ਅਫਸਰ ਸਾਨੂੰ ਮਿਲ ਕੇ ਰਾਜ਼ੀ ਨਹੀਂ ਇਸ ਬਾਰੇ ਵੀ ਕੋਈ ਸਾਡੀ ਡਿਮਾਂਡ ਹੱਕੀ ਡਿਮਾਂਡਾ ਸਾਡੀਆਂ ਪ੍ਰੋਮੋਸ਼ਨਾਂ ਨਹੀਂ ਹੁੰਦੀਆਂ ਪ੍ਰੋਮੋਸ਼ਨਾਂ ਕਿਉਂ ਨਹੀਂ ਹੁੰਦੀਆਂ ਕਿ ਸਾਡੀ ਭਰਤੀ ਨਹੀਂ ਹੁੰਦੀ ਭਰਤੀ ਨਾ ਹੋਣ ਕਾਰਨ ਸਾੜੀ ਪ੍ਰੋਮੋਸ਼ਨ ਰੁਕੀ ਪਈ ਹੈ ਅਸੀਂ ਮੁੱਖ ਸੇਵਾਦਾਰ ਬਣਦੇ ਆ ਗੇਟਕੀਪਰ ਬਣਦੇ ਆ ਉਹ ਸਟੋਲਰ ਬਣਦੇ ਆ ਉਹ ਤਾਂ ਹੀ ਆ ਨਾ ਸਾੜੀ ਸਤੰਤ ਹਰ ਮਹੀਨੇ ਸਾਡੇ 4-5 ਮਜ਼ਦਹਾਵ ਰਿਟਾਇਰ ਹੋ ਜਾਂਦੇ ਆ ਪਰ ਸਰਕਾਰ ਦਾ ਉਹੀ ਧਿਆਨ ਉਹੀ ਰਵਈਆ ਉਹੀ ਪੁਰਾਣਾ ਸਾਰਾ ਕੁਝ ਉਹੀ ਚੱਲੇ ਆ ਰਿਹਾ ਇੱਚ ਕੋਈ ਸਾਨੂੰ ਨਵਾਂ ਚੀਜ਼ ਨਜ਼ਰ ਨਹੀਂ ਆਈ ਪੰਜਾਬ ਦੇ ਵਿੱਚ ਨਸ਼ਾ ਹੈਗਾ ਇਹਨੂੰ ਦਰਕਨਾਰ ਨਹੀਂ ਕੀਤਾ ਜਾ ਸਕਦਾ ਤੁਸੀਂ ਕੀ ਸੁਝਾ ਦੇਣਾ ਚਾਹੋਗੇ ਸਰਕਾਰ ਨੂੰ ਕਰਨਾ ਕੀ ਚਾਹੀਦਾ ਤਾਂ ਜੋ ਨਸ਼ੇ ਤੇ ਠੱਲ ਪਾਈ ਜਾ ਸਕੇ ਤੇ ਸਰਕਾਰੀ ਮੁਲਾਜ਼ਮਾਂ ਤੇ ਬੋਝ ਨਾ ਪਵੇ ਅਸੀਂ ਤਾਂ ਇਹ ਸੁਝਾ ਦੇਣਾ ਚਾਹੁੰਦੇ ਆ ਆਪਣੇ ਵੱਲੋਂ ਵੀ ਪਿੰਡਾਂ 'ਚ ਕਮੇਟੀਆਂ ਬਣਾਈਆਂ ਜਾਣ ਤੇ ਉਹ ਕਮੇਟੀਆਂ ਨੂੰ ਇਸ ਨਸ਼ੇ ਬਾਰੇ ਸੁਚੇਤ ਕਿਰਾ ਜਾਵੇ ਨੌਜਵਾਨ ਮੁੰਡਿਆਂ ਨੂੰ ਦੱਸਿਆ ਜਾਵੇ ਮੀਡੀਆ ਰਾਹੀਂ ਦੱਸਿਆ ਜਾਵੇ ਤੇ ਕਮੇਟੀਆਂ ਜਿਹੜੀਆਂ ਪਿੰਡਾਂ ਦੀਆਂ ਸਰਪੰਚ ਹੈ ਹੋਰ ਪਿੰਡਾਂ ਦੇ ਆਏ ਜੋ ਮੁਲਾਜ਼ਮ ਹੈ ਉਹ ਮੁਲਾਜ਼ਮ ਤਾਂ ਹੈ ਹੀ ਹੈ ਜੋ ਪਿੰਡਾਂ ਦੇ ਆਮ ਲੋਕ ਆਮ ਨੌਜਵਾਨ ਹੈ ਉਹਨਾਂ ਨੂੰ ਰੋਜ਼ਗਾਰ ਮਹੱਇਆ ਕਰ ਜਾਵੇ ਜਦ ਰੋਜ਼ਗਾਰ ਮਿਲੂਗਾ ਇਸ ਵਕਤ ਹੀ ਉਹਨਾਂ ਦਾ ਕੋਈ ਧਿਆਨ ਨਹੀਂ ਜਾਊਗਾ ਨਸ਼ੇ ਵੱਲ ਕਿਉਂ ਉਹਨਾਂ ਨੂੰ ਆਪਣੇ ਰੋਜ਼ਗਾਰ ਨਾਲ ਸਵੇਰੇ ਉਹ ਸਵੇਰੇ ਉੱਠਣਗੇ ਤੇ ਆਪਣੇ ਕੰਮ ਪਰਤੀ 9 ਵਜੇ ਜਾਣਗੇ ਸ਼ਾਮ ਨੂੰ ਥੱਕੇ ਹਾਰੇ ਆਪਣੇ ਘਰ ਆਪਣੇ ਬੱਚਿਆਂ ਚ ਆਉਣਗੇ ਤੇ ਉਹਨਾਂ ਦਾ ਜੋ ਧਿਆਨ ਹੈ ਉਹ ਨਸ਼ੇ ਵੱਲ ਨਹੀਂ ਜਾਊਗਾ ਮੇਰੇ ਕਹਿਣ ਦਾ ਮਤਲਬ ਹੈ ਵੀ ਮੇਰਾ ਸੁਝਾਏ ਜਿਹੜੀ ਬੇਰੁਜ਼ਗਾਰੀ ਹੈ ਇਹ ਨਸ਼ੇ ਦਾ ਮੁੱਖ ਕਾਰਨ ਹੈ ਬੇਰੁਜ਼ਗਾਰੀ ਨਸ਼ੇ ਦਾ ਮੁੱਖ ਕਾਰਨ ਹੈ ਕੀ ਨਾਮ ਜੀ ਤੁਹਾਡਾ ਸੁਖਵਰ ਸਿੰਘ ਕਿਪੀਰ ਕਿਦਾਂ ਦੇਖਦੇ ਹੋ ਨੌਜਵਾਨ ਉਹ ਨੌਜਵਾਨਾਂ ਦੀ ਲਗਾਤਾਰ ਮੌਤਾਂ ਹੋ ਰਹੀਆਂ ਨੇ ਤਾਂ ਸਰਕਾਰ ਸਰਕਾਰੀ ਮੁਲਾਜ਼ਮਾਂ ਤੇ ਡੋਪ ਟੈਸਟ ਦਾ ਬੋਝ ਪਾ ਰਹੀ ਹੈ ਕਿਦਾਂ ਦੇਖਦੇ ਹੋ ਜੀ ਸਾਰੇ ਬਹੁਤ ਗਲਤ ਚੀਜ਼ ਆ ਜੀ ਸਾਡੇ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਹੁਣ ਨਵੇਂ ਭਰਤੀ ਹੋਏ ਨੇ ਮੁੰਡੇ ਸਾਰੇ ਬਹੁਤ ਜ਼ਿਆਦਾ ਬਿਲਕੁਲ ਕੁਆਲੀਫਾਈਡ ਨੇ ਤੇ ਇਹ ਕੋਈ ਵੀ ਨਸ਼ਾ ਪੱਤਾ ਮਤਲਬ ਵੀ ਬਹੁਤ ਜ਼ਿਆਦਾ ਪੜੇ ਲਿਖੇ ਨੇ ਫਿਰ ਵੀ ਇਹ ਬੇਸਿਕ ਪੇਤੇ ਕੰਮ ਕਰ ਰਹੇ ਨੇ ਇੱਥੇ 10300 ਤੋਂ ਸਾਨੂੰ ਤਾਂ ਚੰਡੀਗੜ੍ਹ ਦਾ ਡੀਸੀ ਰੇਟ ਮਿਲ ਰਿਹਾ 17300 ਬਟ ਜਿਹੜੇ ਫੀਲਡ ਚ ਨੇ ਹੋਰ ਮੁਲਾਜ਼ਮ ਸਾਡੇ ਨਵੀਂ ਭਰਤੀ ਵਾਲੇ 2016 ਤੋਂ ਬਾਅਦ ਵਾਲੇ ਉਹ 10300 ਤੇ ਭਰਤੀ ਕੀਤੇ ਹੋਏ ਨੇ ਤੇ ਉਹ ਕੰਮ ਸਭ ਤੋਂ ਵੱਧ ਕਰ ਰਹੇ ਨੇ ਸਰ ਸਾਰੇ ਆਪਣੇ ਸੈਕਟਰੀ ਰੇਟ ਚ ਵੀ ਹੁਣ ਵੀ ਇੱਥੇ 3-400 ਰੁਪਏ ਕਲਰਕ ਨਵੇਂ ਆਏ ਤੋ ਇੰਨਾ ਜ਼ਿਆਦਾ ਕੰਮ ਕਰ ਰਹੇ ਨੇ ਫਿਰ ਵੀ ਉਹਨਾਂ ਨੂੰ 17000 ਰੁਪਏ ਤਨਖਾਹ ਦਾ ਦੇ ਕੇ ਸਰਕਾਰ ਦੇਖ ਲਓ ਤੁਸੀਂ ਸਾਡੇ ਨਾਲ ਕਿੰਨਾ ਧੱਕਾ ਕਰ ਰਹੀ ਆ ਤੇ ਕੈਪਟਨ ਸਾਹਿਬ ਨੇ ਜਦੋਂ ਵਾਅਦਾ ਕੀਤਾ ਸੀ ਇਲੈਕਸ਼ਨ ਤੋਂ ਪਹਿਲਾਂ ਵੀ ਜਦੋਂ ਅਸੀਂ ਸਰਕਾਰ 'ਚ ਆ ਜਾਾਂਗੇ ਤਾਂ ਤੁਹਾਨੂੰ ਫੁੱਲ ਸੈਲਰੀ ਤੇ ਤੁਹਾਡਾ ਪਰਵੀਸ਼ਨ ਪੀਰੀਅਡ ਘਟਾਇਆ ਜਾਊਗਾ ਉਹ ਹੁਣ ਵੀ ਘਟਾਣਾ ਕੀ ਸੀ 2 ਸਾਲ ਤੋਂ 3 ਸਾਲ ਕਰਤਾ ਸੀ ਇਹ ਸਾਡੇ ਨਾਲ ਬਹੁਤ ਜ਼ਿਆਦਾ ਨਜਾਇਜ਼ ਕਰ ਬਰਾਬਰ ਤਨਖਾਹ ਤੇ ਬਰਾਬਰ ਕੰਮ ਤੇ ਬਰਾਬਰ ਤਨਖਾਹ ਦਾ ਭਰੋਸਾ ਦਿੱਤਾ ਗਿਆ ਸੀ ਹੁਣ ਪਰ ਜੇ ਦੇਖਿਆ ਜਾਵੇ ਤਾਂ 200 ਰੁਪਿਆ ਇੱਕ ਪ੍ਰੋਫੈਸ਼ਨਲ ਟੈਕਸ ਪਾ ਦਿੱਤਾ ਗਿਆ ਤੇ ਉੱਪਰ ਹੁਣ ਜਿਹੜਾ 1500 ਰੁਪਏ ਦਾ ਬੋਝ ਪਿਆਣਾ ਉਹ ਵੀ ਵਿੱਚੋਂ 10300 ਦੇ ਵਿੱਚੋਂ ਹੀ ਨਿਕਲਣਾ ਤੇ ਅੱਜ ਕੱਲ ਦੇ ਮਹਿੰਗਾਈ ਦੀ ਗੱਲ ਕਰੀਏ ਤਾਂ 10300 ਦੇ ਵਿੱਚ ਘਰ ਚਲਾਉਣਾ ਬਹੁਤ ਮੁਸ਼ਕਿਲ ਆ ਕਿੱਦਾਂ ਦੇਖਦੇ ਸਰਕਾਰ ਦੇ ਇਸ ਰਵੱਈਏ ਨੂੰ ਜਿਹੜਾ ਸਰਕਾਰੀ ਮੁਲਾਜ਼ਮਾਂ ਦੇ ਪ੍ਰਤੀ ਵਰਤ ਰਹੇ ਨੇ ਇਹ ਬਹੁਤ ਮਾੜਾ ਰਵੱਈਆ ਜੀ ఎలక్షన్ ਤੋਂ ਪਹਿਲਾਂ ਬਹੁਤ ਵਾਅਦੇ ਕੀਤੇ ਸੀ ਕੈਪਟਨ ਸਾਹਿਬ ਨੇ ਤੇ ਹੁਣ ਅਸੀਂ ਤਾਂ ਇਹੀ ਡਿਮਾਂਡ ਕਰਦੇ ਹਾਂ ਸਾਡੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ ਤੇ ਸਾਨੂੰ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ ਕਿਉਂਕਿ ਚੰਡੀਗੜ੍ਹ ਚ ਆ ਕੇ ਸੀ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੇ ਹਾਂ ਜੀ ਸਾਡਾ ਇੱਥੇ ਘੱਟੋ-ਘੱਟ 10000 ਰੁਪਏ ਦਾ ਇਦਾਂ ਹੀ ਲੱਗ ਜਾਂਦਾ ਜੀ ਕਿਸੇ ਦੇ ਕਿਰਾਏ ਚ ਲਾਏ ਜਾਂਦਾ ਕਿਸੇ ਦਾ ਕਮਰੇ ਦੇ ਰੋਟੀ ਪਾਣੀ ਚ ਇਦਾਂ ਹੀ ਲੱਗ ਜਾਂਦਾ ਜੀ ਸਾਨੂੰ ਮਤਲਬ ਕੋਈ ਬਚਤ ਨਹੀਂ ਹੈਗੀ ਕੋਈ ਸਾਡਾ ਸੇਵਿੰਗ ਨਹੀਂ ਹੈਗੀ ਹੁਣ ਤੱਕ ਜੀ ਇਹ ਤਾਂ ਉਹ ਗੱਲ ਹੋ ਗਈ ਵੀ ਖੂਦ ਹੀ ਮਿੱਟੀ ਖੂਨ ਨੂੰ ਲੱਗ ਰਹੀ ਹੈ ਤੇ ਕੋਈ ਫਾਇਦਾ ਨਹੀਂ ਹੋ ਰ ਜੀ ਕਿਦਾਂ ਦੇਖਦੇ ਹੋ ਸਰਕਾਰ ਦੇ ਰਵਈਏ ਨੂੰ ਜਿਹੜਾ ਸਰਕਾਰੀ ਮੁਲਾਜ਼ਮਾਂ ਦੇ ਪ੍ਰਤੀ ਵਰਤਿਆ ਜਾ ਰਿਹਾ ਤੇ ਦੂਜਾ ਹੁਣ ਵਿਰੋਧ ਕਰ ਰਹੇ ਨੇ ਸਰਕਾਰੀ ਮੁਲਾਜ਼ਮ ਇਹਦਾ ਕਾਰਨ ਕਾਰਨ ਨਹੀਂ ਹੈ ਜੀ ਸਰਕਾਰ ਜਿਹੜੇ ਆਪਣੇ ਵਾਅਦੇ ਕੀਤੇ ਸੀ ਇਲੈਕਸ਼ਨ ਤੋਂ ਪਹਿਲਾਂ ਉਹ ਸਾਰੀ ਚੀਜ਼ਾਂ ਨੂੰ ਛੱਡ ਕੇ ਕਿਸੇ ਨਵੇਂ ਹੀ ਮੁੱਦਿਆਂ ਦੇ ਉੱਤੇ ਆ ਗਈ ਹੈ ਓਨੇ ਇੱਕ ਸਰਕਾਰੀ ਮੁਲਾਜ਼ਮ ਕੋਲ ਨਸ਼ਾ ਕਰਨ ਦਾ ਕਿਹੜਾ ਟਾਈਮ ਹੁੰਦਾ ਕੋਈ ਕੰਮ ਹੀ ਇੰਨਾ ਜ਼ਿਆਦਾ ਸੀਟਾਂ ਤੇ ਹੁੰਦਾ ਹੈ ਭਰਤੀ ਸਰਕਾਰ ਕਰ ਨਹੀਂ ਰਹੀ ਹੈ ਸਰਕਾਰ ਤੇ ਉਹਦੇ ਪਿੱਛੇ ਹੀ ਉਹ ਸਰਕਾਰ ਸਰਕਾਰੀ ਮੁਲਾਜ਼ਮਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ 扑ਟਕਾਉਣ ਵਾਸਤੇ ਉਥੇ ਸਿੱਧੇ ਕੰਮ ਜੇ ਕਰ ਰਹੇ ਨੇ ਹੁਣ ਨਸ਼ਾ ਦੇ ਜਿਹੜਾ ਇਹਨਾਂ ਨੇ ਡੋਪ ਟੈਸਟ ਕਰਨਾ ਹੈ ਸਰਕਾਰੀ ਮੁਲਾਜ਼ਮਾਂ ਤੋਂ ਉਹਨਾਂ ਨੂੰ ਕੀ ਮਿਲਣਾ ਹੈ ਸਭ ਆਪਣੇ ਆਪਣੇ ਕੰਮਾਂ 'ਚ ਲੱਗੇ ਹੋਏ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਮਾਜਰਮਤ ਸਹਿਯੋਗ ਲੈ ਕੇ ਇਹਨਾਂ ਨੂੰ ਠੱਲ ਪਾਉਣ ਵਾਸਤੇ ਕੋਈ ਨਵੀਂ ਪਾਲਿਸੀ ਬਣਾਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਜਿਹੜਾ ਇਸ ਦਾ ਰੋਕத் ਥਾਮ ਕੀਤੀ ਜਾ ਸਕੇ ਜਿਹੜੇ ਨਵੇਂ ਯੁਵਾ ਨੇ ਜਿਹੜੇ ਨਸ਼ਿਆਂ 'ਚ ਪੈ ਗਏ ਨੇ ਉਹਨਾਂ ਨੂੰ ਹਟਾਉਣ ਵਾਸਤੇ ਇਸ ਵਿੱਚੋਂ ਦੀ ਕੋਈ ਪਾਲਿਸੀ ਬਣਾਣੀ ਚਾਹੀਦੀ ਹੈ ਜਿ ਦੇਖਿਆ ਜਾਵੇ ਨਸ਼ੇਦਿਆਂ ਖਬਰਾਂ ਰੋਜ਼ ਅਖਬਾਰਾਂ ਦੇ ਵਿੱਚ ਆ ਰਹੀਆਂ ਰੋਜ਼ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਉਸ ਮੁੱਦੇ ਨੂੰ ਛੱਡ ਕੇ ਸਰਕਾਰ ਹੁਣ ਕਹਿੰਦੀ ਹੈ ਵੀ ਡੋਪ ਟੈਸਟ ਕਰਉਣਾ ਸਰਕਾਰੀ ਮੰਤਰੀ ਵੀ ਡੋਪ ਟੈਸਟ ਕਰਵਾ ਰਹੇ ਨੇ ਕਿੱਦਾਂ ਦੇਖਦੇ ਨੇ ਦੇਖਦੇ ਹੋ ਤੁਸੀਂ ਵੀ ਸਰਕਾਰੀ ਜਿਹੜੇ ਮੁਲਾਜ਼ਮ ਉਹਨਾਂ ਤੇ ਬੋਝ ਪਾਇਆ ਜਾ ਰਿਹਾ ਸਿੱਧੇ ਤੌਰ ਤੇ ਤੇ ਸਰਕਾਰ ਦਾ ਰਵਈਆ ਜਿਹੜਾ ਸਰਕਾਰੀ ਮੁਲਾਜ਼ਮਾਂ ਦੇ ਲਈ ਆ ਉਹ ਲੱਗਦਾ ਵਿਰੋਧ ਵਾਲਾ ਹੀ ਆ ਸੁਝਾਅ ਕੀ ਦਿੰਦੇ ਹਾਂ ਤੁਸੀਂ ਸੁਝਾਅ ਤਾਂ ਇਹੀ ਹੈ ਜੀ ਸਰਕਾਰੀ ਮੁਲਾਜ਼ਮਾਂ ਤੋਂ ਉਹਨਾਂ ਦਾ ਸਹਿਯੋਗ ਲੈ ਕੇ ਇਹਨੂੰ ਖਤਮ ਕਰਨ ਵਾਸਤੇ ਕੋਈ ਪਾਲਿਸੀ ਬਣਾਈ ਜਾਵੇ ਆਦਰਵਾਇਜ਼ ਜਿਹੜੇ ਮੁਲਾਜ਼ਮ ਨੇ ਉਹ ਸਰਕਾਰ ਦੇ ਪਤਰੀ ਵਫਾਦਾਰ ਹੁੰਦੇ ਨੇ ਪਰ ਜੇ ਸਰਕਾਰੀ ਮੁਲਾਜ਼ਮਾਂ ਉੱਤੇ ਹੀ ਤੁਸੀਂ ਇਹਨਾਂ ਦੇ ਇਦਾਂ ਦੇ ਰੂਲ ਬਣਾਓਗੇ ਤਾਂ ਉਹ ਕੀ ਕਰਨਗੇ ਉਹ ਤਾਂ ਇਹਦਾ ਵਿਰੋਧ ਹੀ ਕਰਨਗੇ ਸਰਕਾਰੀ ਮੁਲਾਜ਼ਮ ਸਰਕਾਰ ਨੂੰ ਸੁਝਾਅ ਵੀ ਦੇ ਰਹੇ ਨੇ ਤੇ ਆਪਣੀਆਂ ਮੰਗਾਂ ਵੀ ਰੱਖ ਰਹੇ ਨੇ ਤੇ ਕਿਤੇ ਨਾ ਕਿਤੇ ਇਲਜ਼ਾਮ ਤਰਾਸ਼ੀਆਂ ਹੋ ਰਹੀਆਂ ਨੇ ਕਿ ਸਰਕਾਰ ਮੁੱਦੇ ਤੋਂ ਪਟਕਾਉਣ ਦੇ ਲਈ ਇਹ ਜਿਹੜੇ ਨਵੇਂ ਫੈਸਲੇ ਜਾਂ ਜਿਹੜੇ ਨਵੇਂ ਹੁਕਮ ਜਾਰੀ ਕਰ ਰਹੀ ਹੈ ਸਰਕਾਰੀ ਮੁਲਾਜ਼ਮਾਂ ਦੇ ਖਿਲਾਫ ਨਹੀਂ ਹੈ ਕੀ ਨਾਮ ਦੀ ਤੁਹਾਡਾ ਮੇਰਾ ਨਾਮ ਸੁਸ਼ੀਲ ਕੁਮਾਰ ਹੈ ਸੀਨੀਅਰ ਸੈਕ ਤੇ ਮੈਂ ਸਯੁਕਤ ਜਨਰਲਜ਼ ਕਤਰਾਂ ਨਾ ਯੂਨੀਅਨ ਦਾ ਪ੍ਰਧਾਨ ਸਾਹਿਬ ਕਿੱਦਾਂ ਦੇਖਦੇ ਤੁਸੀਂ ਸਰਕਾਰ ਕਹਿੰਦੀ ਹੈ ਵੀ ਡੋਪ ਟੈਸਟ ਸਰਕਾਰੀ ਮੁਲਾਜ਼ਮਾਂ ਦਾ ਹੋਊਗਾ ਤੇ ਹੁਣ ਮੁਲਾਜ਼ਮ ਜਿਹੜੇ ਨੇ ਇਹਦੀ ਮੁਖਾਲਫਤ ਕਰ ਰਹੇ ਨੇ ਵਿਰੋਧ ਵੀ ਕੀਤਾ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਕੀ ਆਧਾਰ ਹੈ ਇਸ ਵਿਰੋਧ ਦੇਖੋ ਜਿਹੜਾ ਸਰਕਾਰ ਇਹ ਡੋਪ ਟੈਸਟ ਬਾਰੇ ਉਹ ਨਵਾਂ ਮੁੱਦਾ ਲੈ ਕੇ ਆਈ ਹੈ ਮੇਰੀ ਨੌਕਰੀ 30 ਸਾਲ ਹੋ ਗਈ ਮੈਂ 30 ਸਾਲ ਦੇ ਨੌਕਰੀ ਜ ਨਹੀਂ ਦੇਖਿਆ ਆਪਣਾ ਕਦੇ ਸਰਕਾਰਾਂ ਨੇ ਰੋਕੇ ਸਾਡੇ ਹੱਕ ਰੋਕੇ ਉਹਨੇ EMPLY ਦੇ ਪਰੇ ਸਰਕਾਰਾਂ ਨਵੇਂ ਸਿਸਟਮ ਵੱਲ ਚੱਲ ਪਿਆ ਕਿ ਨਾ ਡੀਏ ਦੇਣਾ ਨਾ ਪੇ ਕਮਿਸ਼ਨ ਦੇਣਾ ਨਾ ਕੋਈ ਹੋਰ ਵੈਲਫੇਅਰ ਦੇਣਾ EMPLOYE ਨੂੰ ਸਿਰਫ ਇਹਨਾਂ ਨੂੰ ਉਲਝਾ ਕੇ ਰੱਖ ਦੋ ਹੁਣ ਡੋਪ ਟੈਸਟ ਆ ਡੋਪ ਡਸਟ ਜੇ ਅਸੀਂ ਦਫ਼ਤਰਾਂ 'ਚ ਆ ਕੇ ਕੰਮ ਕਰਦੇ ਆ ਸਾਡੇ ਨਾਲ ਲੇਡੀ ਸਟਾਫ ਵੀ ਆ ਬਹੁਤ ਵੱਡੀ ਗਿਣਤੀ ਆ ਜਿਹੜਾ ਲੱਖ ਤੋਂ ਉਪਰ ਹੁਣਾਂ ਲੇਡੀ ਸਟਾਫ ਤਾਂ ਉਹਨਾਂ ਦਾ ਵੀ ਡੋਪ ਟੈਸਟ ਇਹਨਾਂ ਨੇ ਕਰਾਣਾ ਤਾਂ ਕਿਆ ਉਹ ਨਸ਼ਾ ਪੱਤਾ ਕਰਦੀਆਂ ਠੀਕ ਆ ਮਜਬੂਰੀ ਹੋ ਜਾਂਦੀ ਕਿਸੀ ਕੋਈ ਦਵਾਈ ਪੱਤਾ ਖਾ ਰਿਆ ਦਵਾਈ ਖਾ ਰਿਆ ਉਹ ਵੀ ਕੱਲ ਨੂੰ ਡੋਪ ਟੈਸਟ ਦੇ ਵਿੱਚ ਆ ਗਈ ਆ ਵੀ ਬੜੀ ਮਜਬੂਰੀ ਆ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਹਰ ਕੋਈ ਗਰਸਤ ਹੈ ਬਿਮਾਰੀਆਂ ਤੋਂ ਟੈਨਸ਼ਨਾਂ ਕਰਕੇ ਤਾਂ ਉਹ ਦਵਾਈਆਂ ਵੀ ਕਿਤੇ ਨਾ ਕਿਤੇ ਯੂਜ਼ ਕਰ ਰਿਹਾ ਉਹਦੇ ਵਿੱਚ ਮੈਡੀਸਨ 'ਚ ਵੀ ਕੁਝ ਅਜੀਬੀਆਂ ਚੀਜ਼ਾਂ ਆਣ ਗਈਆਂ ਜਿਹੜੀਆਂ ਡੋਪ ਟੈਸਟ 'ਚ ਪੋਜ਼ਿਟਿਵ ਆਣ ਗਈਆਂ ਤਾਂ ਇਹ ਜਿਹੜਾ ਸਟੈਪ ਹੈ ਸਰਕਾਰ ਦਾ ਬਿਲਕੁਲ ਗਲਤ ਹੈ ਸਰਕਾਰ ਨੂੰ ਇਹਨਾਂ ਮੁੱਦਿਆਂ ਨੂੰ ਛੱਡ ਕੇ ਜਿਹੜਾ ਇਕਵਲ ਵਰਕ ਇਕਵਲ ਪੇ ਦੇ ਕੰਮ ਕਰਨਾ ਚਾਹੀਦਾ ਹੈ ਜਿਹੜੇ ਸਾਡੇ ਸਾਥੀ ਨਵੇਂ ਭਰਤੀ ਹੋਏ ਹਨ ਉਹਨਾਂ ਨੂੰ ਬਰਾਬਰ ਕੰਮ ਕਰ ਰਹੇ ਹਨ ਸਾਡੇ ਬਰਾਬਰ ਹੀ ਤਨਖਾਹ ਮਿਲੇ ਉਹਨਾਂ ਨੂੰ ਉਸ ਤੋਂ ਬਾਅਦ ਜਿਹੜੇ ਸਾਡੇ ਡਿਊਜ਼ ਹੈ ਡੀਏ ਹੈ ਪਿਛਲੇ 3 ਡੀਏ ਡਿਊਜ਼ ਹੋ ਗਏ ਕਦੇ ਇਦਾਂ ਹੋਇਆ ਨਹੀਂ ਅਜੇ ਤੱਕ ਦੇ ਮੈਂ 30 ਸਾਲ ਦੀ ਨੌਕਰੀ ਚ ਇੱਕ ਡੀਏਡੀ ਹੁੰਦਾ ਅਗਲੇ ਮਹੀਨੇ ਮਿਲ ਜਾਂਦਾ ਉਹ ਜਿਹੜਾ ਹੁੰਦਾ ਇੱਕ ਸਾਲ ਮਤਲਬ 1.5 ਸਾਲ ਦੇ ਤਕਰੀਬਨ ਹੋ ਗਿਆ ਸਰਕਾਰ ਇਹਦੇ ਤੇ ਕੁਝ ਨਹੀਂ ਕਰ ਰਹੀ ਉਹ ਤੋਂ ਬਾਅਦ ਸਾਡਾ ਪੇ ਕਮਿਸ਼ਨ 2016 ਤੋਂ ਡਿਊ ਹੈ ਪੇ ਕਮਿਸ਼ਨ ਤੇ ਸਰਕਾਰ ਕੋਈ ਗੱਲ ਨਹੀਂ ਕਰ ਰਹੀ ਕਿ ਅਸੀਂ ਪੇ ਕਮਿਸ਼ਨ ਕਦ ਦਵਾਂਗੇ ਘੱਟੋ ਘੱਟ ਦੇਵੇ ਨਾ ਗਲਤਾ ਕਰੇ ਕਿ ਅਸੀਂ ਇਸ ਟਾਈਮ ਤੋਂ ਤੁਹਾਨੂੰ ਦਵਾਂਗੇ ਉਹ ਕੋਈ ਮੁੱਦਾ ਨਹੀਂ ਸਰਕਾਰ ਚੱਕ ਰਹੀ ਸਰਕਾਰ ਇਹ ਨਵਾਂ ਮੁੱਦਾ ਲੈ ਕੇ ਆ ਰਹੀ ਹੈ ਅਸੀਂ ਸਰਕਾਰ ਦੇ ਜਿਹੜਾ ਡੋਪ ਨਸ਼ਿਆਂ ਦੇ ਬਾਰੇ ਅਸੀਂ ਇੰਪਲਾਈ ਸਾਰੇ ਇੰਪਲਾਈ ਸਰਕਾਰ ਦੇ ਮੋਢਾ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਆਂ ਜੇ ਸਾਡੀ ਕੋਈ ਵੀ ਕਿਸੇ ਤਰੀਕੇ ਦੀ ਮਦਦ ਚਾਹੀਦੀ ਆ ਸਮਾਜ ਦੇ ਲਈ ਅਸੀਂ ਉਹ ਹਰ ਇੱਕ ਹਰ ਇੱਕ ਇੰਪਲਾਈ ਕਰਨ ਨੂੰ ਤਿਆਰ ਆ ਮਦਦ ਅੱਜ ਤਾਂ ਤੁਸੀਂ ਡੀਏ ਦੀ ਗੱਲ ਚੁੱਕੀ ਸਰਕਾਰ ਸ਼ੁਰੂ ਤੋਂ ਹੀ ਰੋਲਾ ਪਾਉਂਦੀ ਆ ਰਹੀ ਹੈ ਕਿ ਖਜ਼ਾਨੇ ਖਾਲੀ ਨੇ ਪਰ ਹੁਣ ਖਜ਼ਾਨੇ ਖਾਲੀਆਂ ਦੇ ਵਿੱਚ ਜਿਹੜੇ ਮੰਤਰੀ ਨੇ ਜਾਂ ਸਾਬਕਾ ਵਿਧਾਇਕ ਨੇ ਜਾਂ ਐਮਐਲਏ ਨੇ ਉਹਨਾਂ ਨੂੰ ਗੱਡੀਆਂ ਦਿੱਤੀਆਂ ਜਾ ਰਹੀਆਂ ਲਗਜ਼ਰੀ ਗੱਡੀਆਂ ਕਿੱਦਾਂ ਦੇਖਦੇ ਆ ਇੱਕ ਪਾਸੇ ਤਾਂ ਮੁਲਾਜ਼ਮਾਂ ਦੇ ਹੱਕ ਨਹੀਂ ਮਿਲ ਰਹੇ ਤੇ ਦੂਜੇ ਪਾਸੇ ਲਗਜ਼ਰੀ ਗੱਡੀਆਂ ਦਿੱਤੀਆਂ ਜਾ ਰਹੀਆਂ ਇਹ ਤਾਂ ਸਾਫੀ ਗੱਲ ਹੈ ਕਿ ਸਰਕਾਰ ਜਿਹੜੀ ਹੈ EMPLY ਦੇ ਹੱਕਾਂ ਨੂੰ ਮਾਰੂ ਨੀਤੀ ਅਪਣਾ ਰਹੀ ਹੈ ਤੇ ਆਪਣੇ ਵੈਲਫੇਅਰ ਜਿਹੜਾ ਆਪਣੇ ਸੁਵਿਧਾ ਵਾਸਤੇ ਜ਼ਿਆਦਾ ਕੰਮ ਕਰ ਰਹੀ ਹੈ ਜਿਵੇਂ ਕਿ ਹੁਣ ਇਹਦੇ ਵਿੱਚ ਇਹ ਹੋ ਜਾਂਦਾ ਜਿਹੜੇ ਪੁਰਾਣੇ EMPLY ਆ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ 2004 ਤੋਂ ਬਾਅਦ ਜਿਹੜਾ ਭਰਤੀ ਹੈ ਉਹਨੂੰ NPS ਚ ਲਾਤਾ ਇਹਨਾਂ ਨੇ NPS ਦੇ ਵਿੱਚ ਸਾਡਾ ਪੈਸਾ ਕੱਢਦਾ ਉਹ ਸਾਨੂੰ ਸਾਨੂੰ ਹੀ ਮਿਲੇਗਾ ਵਾਪਸ ਜਦ ਜਿਹਾ ਜਿਆਦਾ ਸੀ ਰਿਟਾਇਰ ਹੋਵਾਂਗੇ ਸਾਡਾ ਪੈਸਾ ਸਾਨੂੰ ਦੇਣਾ ਸਰਕਾਰ ਨੇ ਆਪਣਾ ਹਿੱਸੇ ਚ ਸਿਰਫ ਉਹਨਾਂ ਨੇ 10% ਦੇਣਾ ਤਾਂ ਜਿਹੜਾ ਮੇਨ ਗੱਲ ਇਹ ਹੈ ਕਿ ਜਿਹੜੇ ਇਮਪਲਾਈ ਐ ਉਹਨਾਂ ਨੂੰ ਜੇ ਡੈਥ ਹੋ ਜਾਂਦੀ ਹੈ ਮੈਂ ਪਰਸਨਲੀ ਇਹ ਕੇਸ ਡੀਲ ਕੀਤੇ ਆ ਜਿਹੜਾ 2004 ਤੋਂ ਬਾਅਦ ਭਰਤੀ ਆ ਜੇ ਉਹਦੇ ਉ ਕੋਈ ਡੈਥ ਹੋ ਜਾਂਦੀ ਹੈ ਉਹਨੂੰ ਕੋਈ ਪੈਸਾ ਨਹੀਂ ਮਿਲਦਾ ਇੱਕ ਪੰਜੀ ਨਹੀਂ ਮਿਲਦੀ ਉਹਨੂੰ ਜਿਹੜੇ ਉਹਦੇ ਇਕੱਠੇ ਪੈਸੇ ਆ ਉਹ ਵੀ ਇੰਨੀ ਮੁਸ਼ਕਲ ਨਾਲ ਮਿਲਦੇ ਆ ਕਿ ਉਹਦੇ ਪਰਿਵਾਰ ਦੀਆਂ ਜੁੱਤੀਆਂ ਕਿ ਜਾਨੀਆਂ ਉਹ ਵੀ ਉਹਨੇ ਕਿ ਮਿਲਦੇ ਆ ਕਿ ਸ਼ਾਇਦ ਉਹਦੇ ਭੋਗ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਇਹ ਬਹੁਤ ਬੜੀ ਇੱਕ ਗੱਲ ਹੈ ਇੰਪਲਾਈ ਦੇ ਜਿਹੜੀ ਫੈਮਲੀ ਆ ਰੁੱਲ ਜਾਂਦੀ ਹੈ ਜੇ ਬਾਈ ਚਾਂਸ ਕਿਸੇ ਨਾਲ ਹਾਦਸਾ ਹੋ ਜਾਂਦਾ ਤੇ ਇਹਦੇ 'ਚ ਅਸੀਂ ਇਹ ਕਹਿੰਦੇ ਜਿਹੜਾ ਨਵੀਂ ਪੈਨਸ਼ਨ ਸਕੀਮ ਹੈ ਇਹਦੇ 'ਚ ਕੋਈ ਸਾਨੂੰ ਇੰਸ਼ੋਰੈਂਸ ਵੀ ਹੋਣਾ ਚਾਹੀਦਾ ਇੰਸ਼ੋਰਟ ਵੀ ਹੋਣਾ ਚਾਹੀਦਾ ਘੱਟੋ ਘੱਟ ਇੰਪਲਾਈ ਨੂੰ ਅਚਾਨਕ ਜੇ ਕੋਈ ਡੈਥ ਹੋ ਜੇ ਤਾਂ ਉਹਨੂੰ ਘੱਟੋ ਘੱਟ 20 25 30 35 ਲੱਖ ਰੁਪਏ ਇੰਸ਼ੋਰੈਂਸ ਮਿਲੇ ਸਰਕਾਰ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ ਇਹਨਾਂ ਗੱਲਾਂ ਨੂੰ ਛੱਡ ਕੇ ਹੋਰ ਮੁੱਦਿਆਂ 'ਵਲ ਤੁਰ ਪਈ ਤਾਂ ਇਹ ਸਾਰਾ ਆਪਣੇ ਖਰਚ ਆਪਣੇ ਫੈਸਿਲਿਟੀ ਵਾਸਤੇ ਸਭ ਕੁਝ ਕਰ ਰਹੀ ਆ ਸਾਡੇ ਇੰਪਲਾਈ ਵਾਸ ਕਿਦਾਂ ਦੇਖਦੇ ਹਾਂ ਸਰਕਾਰ ਮੁਲਾਜ਼ਮਾਂ ਤੇ ਬੋਝ ਪਾ ਰਹੀ ਹੈ ਤੇ ਮੁਲਾਜ਼ਮਾਂ ਦੀਆਂ ਹੱਕਾਂ ਦੀ ਜਿਹੜੀ ਗੱਲ ਆ ਉਹ ਨਹੀਂ ਕਰ ਸਰ ਮੰਗਾਂ ਤਾਂ ਕੋਈ ਵੀ ਨਹੀਂ ਪੂਰੀ ਹੋ ਰਹੀਆਂ ਜੋ ਪੁਰਾਣੇ ਸਾਡੇ ਸੀਨੀਅਰ ਨੇ ਉਹ ਵੀ ਕਾਫੀ ਮੰਗਾਂ ਨੇ ਡੀਏ ਦੀਆਂ ਏਰੀਅਰ ਦੀਆਂ ਜੋ ਵਿੱਚ ਉਹ ਅਸੀਂ ਹੁਣ ਨਵੀਂ ਪਰਤੀ ਆ ਨਵੀਂ ਪਰਤੀ ਨੂੰ ਬਹੁਤ ਕੁਝ ਫੇਸ ਕਰਨਾ ਪੈ ਰਿਹਾ ਪ੍ਰੋਬੇਸ਼ਨ 3 ਸਾਲ ਬੇਸਿਕ ਪੇ ਉਸ ਦੇ ਵਿੱਚ ਕੀ ਆ ਰਿਹਾ ਤੁਹਾਡੀ ਪੈਨਸ਼ਨ ਵੀ ਨਹੀਂ ਆ ਤੁਹਾਨੂੰ ਮੈਡੀਕਲ ਰੀਇੰਬਰਸਮੈਂਟ ਵੀ ਨਹੀਂ ਮਿਲ ਰਹੀ ਕੁਝ ਵੀ ਨਹੀਂ ਮਿਲ ਰਿਹਾ ਉਸ ਤੁਹਾਨੂੰ ਕੋਈ ਬੈਨੀਫਿਟ ਨਹੀਂ ਆ ਮਤਲਬ ਤੁਸੀਂ ਫ੍ਰੀ ਸੇਵਾ ਕਰ ਰਹੇ ਹੋ ਪ੍ਰੋਬੇਸ਼ਨ ਦੇ ਵਿੱਚ ਏ ਹੋਇਆ ਬਈ ਸਾਹਿਬ ਕਿ ਨੌਜਵਾਨਾਂ ਦੀ ਲਗਾਤਾਰ ਮੌਤਾਂ ਹੋ ਰਹੀਆਂ ਨੇ ਤੇ ਉੱਪਰੋਂ ਸਰਕਾਰ ਕਹਿ ਰਹੀ ਹੈ ਕਿ ਸਰਕਾਰੀ ਮੁਲਾਜ਼ਮਾਂ ਦਾ ਡਾਕ ਟੈਸਟ ਕਰਵਾਉਣਾ ਕਿ ਉਹਨਾਂ ਨੂੰ ਆਪਣੇ ਨੌਜਵਾਨ ਜਿਹੜੇ ਸਰਕਾਰੀ ਮੁਲਾਜ਼ਮਾਂ ਉਹਨਾਂ ਤੇ ਸ਼ੱਕ ਹੈ ਇਹ ਬਹੁਤ ਗਲਤ ਸਟੈਪ ਹੈ ਕਿਉਂਕਿ ਜਿੱਥੇ ਤੁਸੀਂ ਐਕਸ਼ਨ ਲੈਣਾ ਤੁਸੀਂ ਉੱਥੇ ਲਓ ਮੁਲਾਜ਼ਮ ਤੁਹਾਡੇ ਨਾਲ ਖੜੇ ਨੇ ਜਿਵੇਂ ਬਾਕੀ ਸੀਨੀਅਰਸ ਨੇ ਜੋ ਵੀ ਸਭ ਮੁਲਾਜ਼ਮ ਤੁਹਾਡੇ ਨਾਲ ਖੜੇ ਨੇ ਹੈਲਪ ਲਈ ਜੋ ਤੁਹਾਨੂੰ ਪਤਾ ਤਸਕਰ ਹੈਗੇ ਸਮਗਲਰ ਉਹਨਾਂ ਤੇ ਤੁਸੀਂ ਐਕਸ਼ਨ ਲੋ ਤਾਂ ਕਿ ਯੂਥ ਨੂੰ ਬਚਾਇਆ ਜਾ ਸਕੇ ਕੁਲਮੁਲਾਕੇ ਦੇਖਿਆ ਜਾਵੇ ਕੈਪਟਨ ਸਰਕਾਰ ਦੇ ਜਿਹੜੇ ਮੁਖੀ ਨੇ ਕੈਪਟਨ ਨਰਿੰਦਰ ਸਿੰਘ ਉਹ ਕਹਿੰਦੇ ਸੀਗੇ ਕਿ ਮੈਨੂੰ ਸਾਰੇ ਨਸ਼ੇੜੀਆਂ ਦਾ ਪਤਾ ਜਿੱਥੋਂ ਨਸ਼ਾ ਸਪਲਾਈ ਹੁੰਦਾ ਮੈਨੂੰ ਉਹਨਾਂ ਦਾ ਵੀ ਪਤਾ ਜਦੋਂ ਮੇਰੀ ਸਰਕਾਰ ਆਈ ਤਾਂ ਚਾਰ ਹਫ਼ਤਿਆਂ ਦੇ ਅੰਦਰ ਮੈਂ ਕਾਰਵਾਈ ਕਰਾਂਗਾ ਪਰ ਡੇਢ ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹਾਲੇ ਤੱਕ ਉਹ ਕਾਰਵਾਈ ਨਹੀਂ ਹੋਈ ਤੇ ਉਲਟਾ ਹੁਣ ਸਰਕਾਰੀ ਮੁਲਾਜ਼ਮਾਂ ਤੇ ਬੋਝ ਪਾਇਆ ਜਾ ਰਿਹਾ ਤੇ ਸਰਕਾਰੀ ਮੁਲਾਜ਼ਮ ਸਾਫ਼ ਤੌਰ ਤੇ ਇਹ ਦੋਸ਼ ਲਗਾ ਰਹੇ ਨੇ ਕਿ ਸਰਕਾਰ ਕਿਤਨਾ ਕਿਤੇ ਮੁੱਦੇ ਤੋਂ ਮੁੱਦੇ ਨੂੰ ਪਟਕਾਉਣ ਦੇ ਲਈ ਇਹ ਕੋਸ਼ਿਸ਼ ਕਰ ਰਹੀ ਹੈ ਤੇ ਮੁਲਾਜ਼ਮਾਂ ਦੀ ਜਿਹੜੀ ਡੋਪ ਟੈਸਟ ਕਰਵਾਏ ਜਾ ਰਹੇ ਨੇ ਜਾਂ ਉਹਨਾਂ ਤੋਂ ਜ ਟੈਕਸ ਬਸੂਲਿਆ ਜਾ ਰਿਹਾ ਨਵਾਂ ਟੈਕਸ ਜਿਹੜਾ ਪ੍ਰੋਫੈਸ਼ਨਲ ਟੈਕਸ ਹੈ ਬਸੂਲਿਆ ਜਾ ਰਿਹਾ ਬਿਲਕੁਲ ਗਲਤ ਹੈ ਉਹਦੀ ਮੁਖਾਲਫਤ ਕਰਦੇ ਹਾਂ